ਪਾਤਸ਼ਾਹ ਕਹਿੰਦੇ ਨੇ ਬਣਜਾਰਿਆਂ ਸਿਉਂ ਬਣਜ ਕਰ, ਕਹਿੰਦੇ ਭਲਿਆ ਆਪਣੇ ਮਨ ਵਿੱਚ ਨਾਮ ਪਾ, ਮਨ ਰੂਪੀ ਭਾਂਡੇ ਵਿੱਚ ਗੁਰੂ ਦਾ ਗਿਆਨ ਪਾ, ਅਤੇ ਸੰਗਤ ਕਿਹਨਾਂ ਦੀ ਕਰ? ਵਣਜਾਰਿਆਂ ਦੀ। ਵਣਜਾਰਿਆਂ ਦਾ ਅਰਥ ਕੀ ਹੈ? ਸਤ ਸੰਗੀਆਂ ਦੀ, ਸਤਸੰਗ ਕਰਨ ਵਾਲਿਆਂ ਦੀ, ਰੱਬ ਦਾ ਨਾਮ ਜਪਣ ਵਾਲਿਆਂ ਦੀ, ਇਕੱਠੇ ਹੋ ਕੇ ਜਿਹੜੇ ਗੁਰੂ ਕੋਲ ਬੈਠਦੇ ਨੇ, ਵਾਹਿਗੁਰੂ ਵਾਹਿਗੁਰੂ ਕਰਦੇ ਨੇ, ਬਾਣੀ ਪੜ੍ਹਦੇ ਨੇ, ਗੁਰਬਾਣੀ ਨੂੰ ਸੁਣਦੇ ਨੇ, ਰਹਿਰਾ ਸਾਹਿਬ ਦੀ ਬਾਣੀ ਵਿੱਚ ਅਸੀਂ ਰੋਜ਼ਾਨਾ ਪੜ੍ਹਦੇ ਹਾਂ ਨਾ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਪਾਤਸ਼ਾਹ ਜੀ ਕਹਿੰਦੇ ਜਦੋਂ ਸਤ ਸੰਗਤ ਮਿਲ ਜਾਂਦੀ ਹੈ ਨਾ, ਸਤ ਸੰਗਤ ਮਿਲਦੀ ਹੈ ਅਤੇ ਬੰਦਾ ਤਰ ਜਾਂਦਾ, ਜੀਵਨ ਤਰ ਜਾਂਦਾ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਗੁਰੂ ਦੀ ਕਿਰਪਾ ਸਦਕਾ। ਇੱਕ ਤਾਂ ਪ੍ਰਸ਼ਾਦ ਅਸੀਂ ਲੈਂਦੇ ਹਾਂ ਨਾ, ਇੱਥੇ ਜਾਣ ਲੱਗੇ ਕੜਾਹ ਪ੍ਰਸ਼ਾਦ ਜਾਂ ਪਤਾਸਿਆਂ ਦਾ ਪ੍ਰਸ਼ਾਦ ਮਿਲ ਗਿਆ ਲੈਂਦੇ ਹਾਂ, ਇੱਕ ਗੁਰਪ੍ਰਸਾਦ ਹੈ ਗੁਰੂ ਦੀ ਕਿਰਪਾ, ਗੁਰੂ ਦੀ ਬਖਸ਼ਿਸ਼, ਗੁਰੂ ਦੀ ਰਹਿਮਤ। ਜਿਹਨੇ ਗੁਰੂ ਦੀ ਬਖਸ਼ਿਸ਼ ਲੈ ਲਈ, ਜਿਹੜਾ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣ ਗਿਆ, ਜਿਹਨੇ ਬਾਣੀ ਪੜ੍ਹ ਸੁਣ ਕੇ ਆਪਣੇ ਮਨ ਵਿੱਚ ਵਸਾਲੀ, ਗੁਰਪ੍ਰਸਾਦ ਪਰਮ ਪਦ ਪਾਇਆ, ਉਹਨੇ ਆਪਣੇ ਜੀਵਨ ਵਿੱਚ ਪਰਮ ਪਦ ਹਾਸਲ ਕਰ ਲਿਆ, ਉੱਚੀ ਪਦਵੀ, ਉੱਚਾ ਅਹੁਦਾ ਆਪਣੇ ਜੀਵਨ ਦਾ ਹਾਸਲ ਕਰ ਲਿਆ। ਗੁਰਪ੍ਰਸਾਦ ਪਰਮ ਪਦ ਪਾਇਆ, ਫਿਰ ਕੀ ਹੋਏਗਾ ਜੀ? ਸੁੱਕੇ ਕਾਸ਼ਟ ਹਰਿਆ, ਸੁੱਕਿਆ ਹੋਇਆ ਮਨ ਹਰਿਆ ਭਰਿਆ ਹੋ ਜਾਏਗਾ। ਜੇ ਪੌਦੇ ਨੂੰ, ਦਰਖਤ ਨੂੰ ਪਾਣੀ ਨਾ ਪਾਈਏ, ਉਹ ਦਰਖਤ, ਉਹ ਪੌਦਾ ਸੁੱਕ ਜਾਂਦਾ ਹੈ, ਅਤੇ ਜਦੋਂ ਉਹਨੂੰ ਪਾਣੀ ਦੇਣਾ ਸ਼ੁਰੂ ਕਰ ਦਈਏ, ਉਹ ਦੁਬਾਰਾ ਤੋਂ ਫਿਰ ਹਰਿਆ ਭਰਿਆ ਹੋ ਜਾਂਦਾ। ਪਾਤਸ਼ਾਹ ਜੀ ਕਹਿੰਦੇ ਬੰਦਿਆ, ਇਸੇ ਤਰ੍ਹਾਂ ਤੇਰਾ ਮਨ ਹੈ, ਜੇਕਰ ਤੇਰੇ ਮਨ ਦੇ ਅੰਦਰ ਪਾਣੀ ਪੈਂਦਾ ਰਿਹਾ, ਨਾਮ ਰੂਪੀ ਪਾਣੀ, ਗਿਆਨ ਦਾ ਪਾਣੀ ਤੇਰੇ ਮਨ ਨੂੰ ਲੱਗਦਾ ਰਿਹਾ, ਅਤੇ ਤੇਰੇ ਮਨ ਨੇ ਵੀ ਖਿੜਿਆ ਰਹਿਣਾ, ਮਨ ਵੀ ਹਰਿਆ ਭਰਿਆ ਰਹੇਗਾ। ਜੇਕਰ ਤੇਰੇ ਮਨ ਨੂੰ ਨਾਮ ਰੂਪੀ ਪਾਣੀ, ਗਿਆਨ ਰੂਪੀ ਪਾਣੀ ਨਾ ਮਿਲਿਆ, ਅਤੇ ਇਹ ਮਨ ਨੇ ਵੀ ਸੁੱਕ ਸੜ ਜਾਣਾ, ਅਤੇ ਇਹ ਗਿਆਨ ਦਾ ਪਾਣੀ, ਨਾਮ ਦਾ ਪਾਣੀ ਮਿਲਦਾ ਸਤ ਸੰਗਤ ਵਿੱਚ ਆ ਕੇ। ਆ ਜਿੱਦਾਂ ਅਸੀਂ ਗੁਰੂ ਦੀ ਸੰਗਤ ਵਿੱਚ ਬੈਠੇ ਹਾਂ, ਇਹ ਸੰਗਤ ਦੇ ਵਿੱਚ ਨਾਮ ਦੀ ਗੱਲ ਹੋ ਰਹੀ ਹੈ, ਬਾਣੀ ਦੀ ਗੱਲ ਹੋ ਰਹੀ ਹੈ, ਪਰਮਾਤਮਾ ਦੀ ਇੱਕ ਰੱਬ ਦੀ ਗੱਲ ਹੋ ਰਹੀ ਹੈ, ਇਹ ਕੀ ਹੈ? ਇਹ ਸਾਨੂੰ ਸਿੰਚਾਈ ਹੋ ਰਹੀ ਹੈ, ਸਾਡੀ ਗਿਆਨ ਮਿਲ ਰਿਹਾ ਸਾਨੂੰ, ਅਸੀਂ ਸਾਰੇ, ਮੈਂ ਤੁਸੀਂ ਸਾਰੇ ਰਲ ਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਗੁਰਬਾਣੀ ਦਾ ਅਸੀਂ ਗਿਆਨ ਲੈਂਦੇ ਪਏ। ਇੱਦਾਂ ਦਾ ਨਾਮ ਆਪਣੇ ਜੀਵਨ ਵਿੱਚ ਲੈ ਕੇ ਆ। ਪਾਤਸ਼ਾਹ ਜੀ ਕਹਿੰਦੇ ਵਣਜਾਰਿਆਂ ਸਿਉਂ ਵਣਜ ਕਰ, ਸਤ ਸੰਗੀਆਂ ਵਿੱਚ ਬਹਿ ਕੇ ਚੰਗੀ ਸੰਗਤ ਕਰ, ਪਰਮਾਤਮਾ ਦੇ ਨਾਮ ਦੀ, ਚੰਗੇ ਕੰਮਾਂ ਦੀ, ਚੰਗੀ ਆਦਤ ਗੁਣਾਂ ਦੀ ਸੰਗਤ ਕਰ, ਗੁਣਾਂ ਵਾਲਿਆਂ ਵਿੱਚ ਬਹਿ ਕੇ ਸੰਗਤ ਕਰ, ਲੈ ਲਾਹਾ ਮਨ ਹੱਸ। ਕਹਿੰਦੇ ਜਦੋਂ ਤੂੰ ਲਾਹਾ ਲਿਆ ਨਾ ਸਤ ਸੰਗਤ ਵਿੱਚ ਬੈਠ ਕੇ, ਤੇਰਾ ਮਨ ਖਿੜ ਜਾਏਗਾ, ਤੇਰੇ ਮਨ 'ਚ ਖਿੜਾਵ ਆ ਜਾਏਗਾ, ਅੰਦਰੋਂ ਤੇਰਾ ਮਨ ਖੁਸ਼ ਹੋਣਾ ਸ਼ੁਰੂ ਹੋ ਜਾਏਗਾ। ਬੰਦਾ ਕਹਿੰਦਾ ਨਾ ਮੇਰਾ ਮਨ ਬੜਾ ਔਖਾ ਹੋਇਆ ਪਿਆ। ਆਮ ਹੀ ਅਸੀਂ ਘਰਾਂ ਵਿੱਚ ਵਿਚਰਦੇ ਕਹਿੰਦੇ, ਅੱਜ ਤਾਂ ਮੇਰਾ ਮਨ ਬੜਾ ਚਿੱਤ ਭੈੜਾ ਭੈੜਾ, ਇੱਦਾਂ ਹੁੰਦਾ ਨਾ, ਅੱਜ ਤਾਂ ਮਨ ਬੜਾ ਔਖਾ, ਅੱਜ ਤਾਂ ਖਿਜਿਆ ਖਿਜਿਆ ਬੰਦਾ। ਕਿਉਂ? ਕਿਉਂ? ਅਸੀਂ ਸਿਰਫ ਦੁਨਿਆਵੀ ਚੀਜ਼ਾਂ 'ਚ ਉਲਦੇ ਹੋਏ ਹਾਂ, ਮਨ ਸਾਡਾ ਤਾਂ ਹੀ ਨਹੀਂ ਖਿੜ ਰਿਹਾ, ਅਸੀਂ ਅੱਕੇ ਵੀ ਤਾਂ ਹੀ ਰਹਿੰਦੇ ਹਾਂ ਕਿਉਂਕਿ ਸਾਨੂੰ ਖੁਰਾਕ ਨਹੀਂ ਮਿਲਦੀ ਜਿਹੜੀ ਖੁਰਾਕ ਦੀ ਲੋੜ ਹੈ। ਭਟਕਦੇ ਵੀ ਅਸੀਂ ਤਾਂ ਹੀ ਰਹਿੰਦੇ ਹਾਂ ਕਿ ਜਿਸ ਚੀਜ਼ ਦੀ ਸਾਡੇ ਮਨ ਨੂੰ ਲੋੜ ਹੈ ਉਹ ਨਹੀਂ ਮਿਲਦੀ, ਮਾੜੀਆਂ ਚੀਜ਼ਾਂ ਹੀ ਮਿਲੀਆਂ ਜਾਂਦੀਆਂ। ਜੇ ਸਰੀਰ ਨੂੰ ਮਾੜੀ ਖੁਰਾਕ ਮਿਲੇ, ਸਰੀਰ ਬਿਮਾਰ ਹੋਣਾ ਸ਼ੁਰੂ ਹੋ ਜਾਂਦਾ ਨਾ, ਅਤੇ ਇਸੇ ਤਰ੍ਹਾਂ ਜੇ ਮਨ ਨੂੰ ਮਾੜੀ ਖੁਰਾਕ ਮਿਲੀ ਤਾਂ ਮਨ ਨੇ ਵੀ ਬਿਮਾਰ ਹੀ ਹੋਣਾ, ਮਨ ਨੇ ਵੀ ਖਿਜਣਾ ਹੀ ਹੈ। ਫਿਰ
ਤੜਫਦੇ ਹੀ ਰਹਿਣਾ। ਪਾਤਸ਼ਾਹ ਜੀ ਕਹਿੰਦੇ ਜਦੋਂ ਤੂੰ ਵਣਜਾਰਿਆਂ ਦੀ, ਰੱਬ ਦੇ ਪਿਆਰਿਆਂ ਦੀ, ਸਤਸੰਗੀਆਂ ਦੀ ਸੰਗਤ ਕਰੇਗਾ ਨਾ, ਲੈ ਲਾਹਾ ਮਨ ਹੱਸ, ਤੇਰਾ ਮਨ ਵੀ ਹੱਸਣਾ ਸ਼ੁਰੂ ਕਰ ਦੇਗਾ, ਤੇਰੇ ਮਨ 'ਚ ਵੀ ਖੜਾਓ ਪੈਦਾ ਹੋ ਜਾਏਗਾ, ਮਨ ਵੀ ਖਿੜਨ ਲੱਗ ਪਏਗਾ। ਅਤੇ ਜੇ ਆਪਣੇ ਮਨ ਨੂੰ ਖਿਡਾਉਣਾ ਚਾਹੁੰਦੇ ਹਾਂ ਨਾ ਕਿ ਸਾਡਾ ਵੀ ਮਨ ਖਿੜੇ, ਸਾਡੇ ਮਨ ਦੇ ਵਿੱਚ ਵੀ ਚਾਅ ਪੈਦਾ ਹੋਵੇ, ਸਾਡੇ ਮਨ ਦੇ ਵਿੱਚ ਵੀ ਖੁਸ਼ੀ ਆਵੇ, ਫਿਰ ਸੰਗਤ ਕਰਨੀ ਸ਼ੁਰੂ ਕਰੀਏ।